ਸਦੀਆਂ ਤੋਂ ਸਫਾਈ ਕਰ ਰਹੇ ਕਰਮਚਾਰੀਆਂ ਦਾ ਅੱਜ ਤੱਕ ਕਦੇ ਵੀ ਸਮੂਹਿਕ ਰੂਪ ਵਿੱਚ ਸਨਮਾਨਿਤ ਹੁੰਦੇ ਨਹੀਂ ਦੇਖਿਆ ਗਿਆ ਹੋਣਾ। ਅੱਜ ਜਲਾਲਾਬਾਦ ਵਿਖੇ ਕੋਰੋਨਾ ਵਾਇਰਸ ਦੇ ਖਾਤਮੇ ਲਈ ਅਹਿਮ ਯੋਗਦਾਨ ਪਾਉਣ ਵਾਲੇ ਸਫਾਈ ਕਰਮਚਾਰੀਆਂ ਦਾ ਸਨਮਾਨ ਕਰਨ ਲਈ ਸਮਾਜ ਸੇਵੀ ਅਸ਼ੋਕ ਕੰਬੋਜ ਅਤੇ ਉਸਦੇ ਸਾਥੀਆਂ ਵੱਲੋਂ ਅੱਜ ਸਫਾਈ ਕਰਮਚਾਰੀਆਂ 'ਤੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕਰਨ ਤੋਂ ਬਾਅਦ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਭਾਰਤ ਸੰਦੇਸ਼ ਨਾਲ ਗੱਲ ਕਰਦੇ ਸਮਾਜ ਸੇਵੀ ਅਸ਼ੋਕ ਕੰਬੋਜ ਨੇ ਕਿਹਾ ਕਿ ਦੇਸ਼ ਵਿੱਚ ਵੱਧ ਰਹੇ ਕੋਰੋਨਾ ਦੇ ਪ੍ਰਕੋਪ ਦੇ ਖਾਤਮੇ ਲਈ ਡਾਕਟਰ, ਪੁਲਿਸ ਪ੍ਰਸ਼ਾਸਨ ਅਤੇ ਮੀਡੀਆ ਆਪੋ ਆਪਣੀਆਂ ਸੇਵਾਵਾਂ ਦੇ ਰਹੇ ਹਨ। ਉਹਨਾਂ ਦੇ ਨਾਲ ਇਹਨਾਂ ਸਫਾਈ ਸੇਵਕਾਂ ਵੱਲੋਂ ਪਾਏ ਜਾ ਰਹੇ ਯੋਗਦਾਨ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਅੱਜ ਉਹ ਇਹਨਾਂ ਦੀ ਸੇਵਾਵਾਂ ਦੇ ਬਦਲੇ ਇਹਨਾਂ ਨੂੰ ਸਨਮਾਨ ਦਿੱਤਾ ਜਾ ਰਿਹਾ ਹੈ। ਸਮਾਜ ਸੇਵੀ ਅਸ਼ੋਕ ਕੰਬੋਜ ਨੇ ਮੀਡੀਆ ਸਾਹਮਣੇ ਸਫਾਈ ਕਰਮਚਾਰੀਆਂ ਨੂੰ ਵਿਸ਼ਵਾਸ ਦਵਾਇਆ ਕਿ ਉਹ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ। ਉਹਨਾਂ ਨੂੰ ਕਿਸੇ ਵੀ ਕਿਸਮ ਦੀ ਜਦੋਂ ਵੀ ਲੋੜ ਪੈਗੀ ਉਹਨਾਂ ਦੇ ਨਾਲ ਖੜ੍ਹਨਗੇ। ਉਹਨਾਂ ਨੂੰ ਹਰ ਸੰਭਵ ਮਦਦ ਕਰਨ ਦਾ ਭਰੋਸਾ ਵੀ ਦਿੱਤਾ। ਆਪਣੀ ਪੰਜਾਬ ਪੁਲਿਸ ਬਹੁਤ ਵਧੀਆ ਡਿਊਟੀ ਕਰ ਰਹੀ 24 ਘੰਟੇ, ਔਰ ਉੱਥੇ ਸਾਡੀਆਂ ਭੈਣਾਂ ਨਰਸਾਂ ਔਰ ਡਾਕਟਰ ਵੀ ਬਹੁਤ ਵਧੀਆ ਡਿਊਟੀਆਂ ਕਰ ਰਹੇ ਨੇ। ਉਹਨਾਂ ਨੂੰ ਡਿਊਟੀ ਕਰਦਿਆਂ ਨਾਲ ਪੰਜਾਬ ਪੁਲਿਸ ਦੇ DGP ਨੇ ਔਰ ਜਿਹੜੇ ਹੈਲਥ ਡਿਪਾਰਟਮੈਂਟ ਦੇ ਸੀਨੀਅਰ ਅਫਸਰਾਂ ਵੱਲੋਂ ਉਹਨਾਂ ਦੀ ਪ੍ਰਸ਼ੰਸਾ ਕੀਤੀ ਗਈ, ਈਵਨ ਕਿ ਰਾਜਨੀਤਿਕ ਅਹੁਦੇਦਾਰਾਂ ਵੱਲੋਂ ਵੀ ਉਹਨਾਂ ਦੀ ਪ੍ਰਸ਼ੰਸਾ ਕੀਤੀ ਗਈ। ਪਰ ਮੈਂ ਇਹ ਦੇਖਿਆ ਕਿ ਜਿਹੜੇ ਸਾਰੇ ਸ਼ਹਿਰ ਦੀ ਗੰਦਗੀ ਆਪਣੇ ਮੋਢਿਆਂ 'ਤੇ ਢੋ ਕੇ ਆਪਣੇ ਬਾਲ ਬੱਚੇ ਨੂੰ ਛੱਡ ਕੇ ਸਾਨੂੰ ਸਫਾਈ ਦੇ ਰਹੇ ਨੇ, ਉਹਨਾਂ ਦੇ ਪਰਿਵਾਰਾਂ ਵੱਲੇ ਔਰ ਉਹਨਾਂ ਵੱਲੇ ਖਾਸ ਕਰਕੇ ਕੋਈ ਧਿਆਨ ਨਹੀਂ ਦੇ ਰਿਹਾ। ਔਰ ਮੇਰੇ ਮਨ 'ਚ ਇਹ ਵਿਚਾਰ ਆਇਆ ਵੀ ਕਿਉਂ ਨਾ ਇਹਨਾਂ ਦੇ ਨਾਲ ਜਾ ਕੇ ਇਹਨਾਂ ਨੂੰ ਐਪਰੀਸ਼ੀਏਟ ਕੀਤਾ ਜਾਵੇ ਇਹਨਾਂ ਦੇ ਕੰਮ ਨੂੰ, ਔਰ ਅਸੀਂ ਜਾ ਕੇ ਇਹਨਾਂ ਨੂੰ ਫੁੱਲ ਮਾਲਾ ਪਹਿਨਾਈਆਂ ਔਰ ਉਹਨਾਂ 'ਤੇ ਫੁੱਲਾਂ ਦੀ ਵਰਖਾ ਕੀਤੀ ਗਈ ਔਰ ਉਹ ਬਹੁਤ ਖੁਸ਼ ਹੋਏ ਇਹਦੇ ਨਾਲ। ਕਹਿੰਦੇ ਵੀ ਚਲੋ ਕੋਈ ਟੀਮ ਤਾਂ ਹੈ ਨਾ ਸੁਸਾਇਟੀ ਜਾਂ ਕਿਸੇ ਨੇ ਸਾਡੀ ਸਾਰ ਲਈ, ਔਰ ਅਸੀਂ ਜਾ ਕੇ ਉਹਨਾਂ ਦਾ ਬਹੁਤ ਹੌਂਸਲਾ ਉਹਨਾਂ ਦਾ ਵਧਿਆ ਔਰ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਸਾਨੂੰ ਪਹਿਲਾਂ ਮੁਲਕ ਹੈ, ਫਿਰ ਸਾਨੂੰ ਸ਼ਹਿਰ ਹੈ, ਉਸ ਤੋਂ ਬਾਅਦ ਸਾਨੂੰ ਪਰਿਵਾਰ ਹੈ। ਸਾਡਾ ਸੀਨਾ ਵੀ ਚੌੜਾ ਹੋ ਗਿਆ ਵੀ ਵਾਕਿਆ ਵੀ ਦੇਸ਼ ਲਈ ਸੋਚਦੇ ਨੇ, ਔਰ ਅਸੀਂ ਉਹਨਾਂ ਨੂੰ ਆਸ਼ਵਾਸਨ ਦਿੱਤਾ ਵੀ ਅਸੀਂ ਸਾਡੀ ਸੁਸਾਇਟੀ 24 ਘੰਟੇ ਤੁਹਾਡੇ ਨਾਲ ਹੈ, ਕਿਸੇ ਤਰੀਕੇ ਦੀ ਕੋਈ ਲੋੜ ਹੋਵੇਗੀ ਅਸੀਂ ਤੁਹਾਡੇ ਨਾਲ ਹਾਜ਼ਰ ਹਾਂ, ਕਿ ਸੈਨੀਟਾਈਜ਼ਰ ਦੀ ਜਾਂ ਕੋਈ ਰਾਸ਼ਨ ਦੀ ਵਿਵਸਥਾ ਦੀ ਲੋੜ ਹੋਏਗੀ ਤੁਹਾਡੇ ਪਰਿਵਾਰ ਨੂੰ ਸਾਡੇ ਵੱਲੋਂ ਜਿਹੜੀ ਇਹ ਵਿਵਸਥਾ ਹਰ ਤਰ੍ਹਾਂ ਦੀ ਮਿਲੇਗੀ ਔਰ ਤੁਸੀਂ ਜਿਹੜਾ ਹੈ ਆਪਣੇ ਕੰਮ 'ਚ ਲੱਗੇ ਰਹੋ, ਕਿਉਂਕਿ ਸਫਾਈ ਰਹੇਗੀ ਤਾਂ ਬਿਮਾਰੀ ਜਿਹੜੀ ਇਹਨੂੰ ਮਾਤ ਦਿੱਤੀ ਜਾਏਗੀ। ਸਨਮਾਨ ਪਾਉਣ ਵਾਲੇ ਸਫਾਈ ਸੇਵਕਾਂ ਨਾਲ ਜਦੋਂ ਮੀਡੀਆ ਨੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਜੋ ਸਨਮਾਨ ਇਸ ਸੰਸਥਾ ਵੱਲੋਂ ਕੀਤਾ ਗਿਆ ਹੈ ਉਸ ਲਈ ਉਹ ਧੰਨਵਾਦ ਕਰਦੇ ਹਨ, ਆਪਣੇ ਕੰਮ ਨੂੰ ਹੋਰ ਵਧੀਆ ਕਰਨ ਲਈ ਉਤਸ਼ਾਹਿਤ ਹੋਏ ਹਨ। ਕਿਸ ਤਰ੍ਹਾਂ ਮਹਿਸੂਸ ਕਰ ਰਿਹਾ ਅੱਜ ਤੁਹਾਨੂੰ ਸਨਮਾਨਿਤ ਕੀਤਾ ਹੈਗਾ? ਸਾਨੂੰ ਬੜੀ ਖੁਸ਼ੀ ਹੋਈ ਹੈ ਜੋ ਕਿ ਸੰਸਥਾ ਸਾਡੀਆਂ ਸਨਮਾਨਿਤ ਕਰ ਰਹੀਆਂ ਨੇ, ਬਹੁਤ ਮਨ ਨੂੰ ਖੁਸ਼ ਹੋ ਰਿਹਾ ਵੀ ਸਾਨੂੰ ਮਾਨ ਸਨਮਾਨ ਮਿਲ ਰਿਹਾ। ਸਮੇਂ ਦੀ ਜ਼ਰੂਰਤ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤ ਸੰਦੇਸ਼ ਸਭ ਨੂੰ ਬੇਨਤੀ ਕਰਦਾ ਹੈ ਕਿ ਜੋ ਕੋਰੋਨਾ ਵਾਇਰਸ ਨੂੰ ਖਤਮ ਕਰਨ ਲਈ ਆਪਣਾ ਯੋਗਦਾਨ ਪਾ ਰਹੇ ਹਨ ਉਹਨਾਂ ਦਾ ਸਨਮਾਨ ਹੁੰਦਾ ਰਹੇ। ਜਲਾਲਾਬਾਦ ਤੋਂ ਭਾਰਤ ਸੰਦੇਸ਼ ਲਈ ਹਰਪ੍ਰੀਤ ਮਹਿਮੀ ਦੀ ਰਿਪੋਰਟ।